ਸਿਰਫ 10 ਮਿੰਟ ਤੁਹਾਨੂੰ ਦਿੱਤੇ ਜਾਣਗੇ ਰੱਖ ਲਿਆ ਕੋਲ ਕੋਈ ਚਾਹੀਦਾ ਵਿੱਚ ਉੱਠ ਕੇ ਨਹੀਂ ਜਾਣਾ ਠੀਕ ਹੈ ਮੈਂ ਤੁਹਾਨੂੰ ਫਿਰ ਬਰੀਫ ਕਰਦੇ ਹਾਂ ਸਿਰਫ 10 ਮਿੰਟ ਤੁਹਾਨੂੰ ਦਿੱਤੇ ਜਾਣਗੇ ਵਾਹਿਗੁਰੂ ਜੀ ਫਤਿਹ ਬੱਚੇ ਆਮ ਤੌਰ ਤੇ ਯਾਦ ਰੱਖੇਗਾ ਤਾਂ ਵਿਧੀ ਸ਼ਰਤ ਆ ਕੇ ਤੁਹਾਡੇ ਸਾਹਮਣੇ ਆ ਕੇ ਉਸ ਆਵਾਜ਼ ਅਜਾ ਪ੍ਰੋਗਰਾਮ ਜੋ ਕੀਤਾ ਹੈ ਸਭ ਰੋਈ ਝੂਠ ਕੇ ਅੱਗੇ ਆਇਆ ਤੇ ਬਾਕੀ ਇਸਦਾ ਸਾਰੇ ਦੇਖਦੇ ਰਹੋ ਨਹੀਂ ਮੁੱਕੇ ਆਲੇ ਹੈ ਉਸਦੇ ਕੋਲ ਸਰਦਾਰੀ ਹੁੰਦੀ ਹੈ ਦੁਨੀਆ ਪਿਆਰ ਕਰਦੀ ਹੈ ਸਤਿਕਾਰ ਕਰਦੀ ਹੈ ਇੱਜ਼ਤ ਦਿੰਦੀ ਹੈ ਤੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਜਿੱਥੇ ਇਹ ਜੋ ਨੌਜਵਾਨ ਵੀਰ ਨੇ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਹੈ ਆਯੋਜਕ ਜਿੰਨੇ ਵੀ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਬਹੁਤ ਬਹੁਤ ਵਧਾਈਆਂ ਵੀ ਹਨ ਆਪ ਜੀ ਬੱਚਿਆਂ ਨੂੰ ਜਿਨ੍ਹਾਂ ਨੇ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਹਨ ਅਤੇ ਸਾਡਾ ਮਾਣ ਫਖਰ ਹੈ ਕਿ ਸਾਡੀ ਦਸਤਾਰ ਦੇ ਨਾਲ ਹੀ ਦੁਨੀਆ ਦੇ ਅੰਦਰ ਪਹਿਚਾਣ ਹੈ ਤੁਸੀਂ ਦੇਖੋ ਜਦੋਂ ਵੀ ਕਿਤੇ ਕੁਦਰਤੀ ਤੌਰ ਤੇ ਮੰਨਿਆ ਜਾਂਦਾ ਹੈ ਸਰਦਾਰ ਜੀ ਨੇ ਇਹ ਸਰਦਾਰ ਨੇ ਤੇ ਸਰਦਾਰੀ ਤੋਂ ਪਾ ਵੀ ਵੱਡਾ ਹੁੰਦਾ ਤੇ ਮੈਂ ਕੇਵਲ ਬੇਨਤੀ ਕਰਾਂਗਾ 5 ਮਿੰਟ 15 ਮਿੰਟ ਦਿੱਤੇ ਗਏ ਰੋਜ਼ ਬੰਨਣ ਵਾਲਾ ਜੋ ਹੈ ਦਸਤਾਰ ਬੰਨਣ ਵਾਲਾ ਉਹ 2 ਜਾਂ 3 ਮਿੰਟ ਦੀ ਦਸਤਾਰ ਬੰਨ ਲੈਂਦਾ ਹੈ ਅਤੇ 3 ਮਿੰਟ ਲਾ ਕੇ ਜਿਸ ਨੇ ਸਵੇਰੇ ਦਸਤਾਰ ਨੌਜਵਾਨ ਵੀਰਾਂ ਨੇ ਵਿਸ਼ੇਸ਼ ਤੌਰ ਤੇ ਸਰਦਾਰ ਡੀਵਾਈਐਸਓ ਦੀ ਉਹਨਾਂ ਬੱਚਿਆਂ ਨੇ ਇੱਕ ਉਪਰਾਲਾ ਕੀਤਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਇਹ ਸਾਡੇ ਜੁਆਇੰਟ ਸੈਕਟਰੀ ਸਾਹਿਬ ਦੇ ਬਹੁਤ ਅਹੁਦੇਦਾਰਾਂ ਦੇ ਨਾਲ ਡਿਸਕਸ ਕਰਕੇ ਇੱਕ ਟਰਬਨ ਕੰਪੀਟੀਸ਼ਨ ਜੋ ਬੱਚਿਆਂ ਦੇ ਵਿੱਚ ਰੱਖਿਆ ਹੈ ਉਹ ਬੱਚਿਆਂ ਨੂੰ ਇਨਵਾਈਟ ਕੀਤਾ ਗਿਆ ਇੱਕ ਛੋਟਾ ਗਰੁੱਪ ਇੱਕ ਵੱਡਾ ਗਰੁੱਪ ਛੋਟੇ ਗਰੁੱਪ ਦੇ ਵਿੱਚ ਲਗਭਗ 17 ਬੱਚਿਆਂ ਨੇ ਆ ਕੇ ਪਾਰਟੀਸਪੇਟ ਕੀਤਾ ਔਰ ਲਗਭਗ ਵੱਡੇ ਗਰੁੱਪ ਦੇ ਵਿੱਚ 7-8 ਬੱਚੇ 10 ਬੱਚੇ ਜਿਹੜੇ ਵੱਡੇ ਗਰੁੱਪ ਵਿੱਚ ਵੀ ਆਏ ਉਹਨਾਂ ਨੂੰ ਫਿਕਸ ਟਾਈਮ ਦਿੱਤਾ ਗਿਆ ਔਰ ਫਿਕਸ ਟਾਈਮ ਦੇ ਅੰਦਰ ਸੋਹਣੀ ਦਸਤਾਰ ਸਜਾ ਕੇ ਉਹਨਾਂ ਨੇ ਜੱਜ ਸਾਹਿਬਾਨਾਂ ਦੇ ਪਾਸ ਆ ਕੇ ਖੜਾ ਹੋਣਾ ਸੀ ਔਰ ਫਤਿਹ ਬੁਲਾਉਣੀ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤਾ ਦੇ ਯੋਗ ਹਨ ਉਹ ਵੀਰ ਜਿਨ੍ਹਾਂ ਨੇ ਅੱਜ ਦਾ ਇਹ ਟਰਬਨ ਕੰਪੀਟੀਸ਼ਨ ਯਾਨੀ ਕਿ ਦਸਤਾਰ ਕੰਪੀਟੀਸ਼ਨ ਕਰਵਾਇਆ ਹੈ ਹਰ ਇੱਕ ਮਜ਼ਹਬ ਦਾ ਆਪਣਾ ਆਪਣਾ ਵਿਰਸਾ ਹੁੰਦਾ ਹੈ ਉਹਨਾਂ ਵੀਰਾਂ ਨੂੰ ਮੁਬਾਰਕ ਹੈ ਜਿਹੜੇ ਕਿ ਛੋਟੇ ਵੀਰਾਂ ਨੂੰ ਨਾਲ ਲੈ ਕੇ ਆਪਣੇ ਵਿਰਸੇ ਦੇ ਨਾਲ ਜੁੜਦੇ ਹਨ ਇਸ ਕੰਪੀਟੀਸ਼ਨ ਦੇ ਰਾਹੀਂ ਛੋਟੇ ਬੱਚਿਆਂ ਨੂੰ ਜਿਹੜੇ ਕਿ ਦਸਤਾਰ ਆਲਰੇਡੀ ਬੰਨ੍ਹਦੇ ਹਨ ਸ਼ੌਕ ਆਏਗਾ ਦਸਤਾਰ ਸੋਹਣੀ ਤੋਂ ਸੋਹਣੀ ਹੋਰ ਅੱਛੀ ਬਣਾ ਬਣਨ ਦੀ ਕੋਸ਼ਿਸ਼ ਕਰਨਗੇ ਪਰ ਉਹ ਜਿਹੜੇ ਵੀਰ ਜਿਹੜੇ ਦਸਤਾਰ ਹੁਣ ਤੱਕ ਨਹੀਂ ਬਣਦੇ ਹਨ ਉਹ ਵੀ ਦਸਤਾਰ ਬਣਨਾ ਸ਼ੁਰੂ ਕਰਨਗੇ ਸਿੱਖਾਂ ਦੀ ਡੈਫੀਨੇਸ਼ਨ ਸਿੱਖਾਂ ਦੀ ਪਹਿਚਾਣ ਜਿਹੜੀ ਹੈ ਸਭ ਤੋਂ ਪਹਿਲੇ ਦਸਤਾਰ ਤੋਂ ਹੀ ਹੁੰਦੀ ਹੈ
ਛੋਟੇ ਪਟਕੇ ਬਣਨ ਦੀ ਕੋਈ ਉਮਰ ਹੁੰਦੀ ਹੈ ਜਿਸਦੇ ਜੋ ਜੋ ਬੜਾ ਬੱਚਾ ਬੜਾ ਹੁੰਦਾ ਹੈ ਸਮੇਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਅਸੀਂ ਬਾਕੀ ਚੀਜ਼ਾਂ ਆਪਣੀ ਨੀਡਸ ਪੂਰੀ ਕਰਦੇ ਹਾਂ ਲਾਈਫ ਦੀਆਂ ਤਾਂ ਦਸਤਾਰ ਸਾਡੀ ਪਹਿਲੀ ਨੀਡ ਹੈ ਜਿਸ ਲਈ ਇੱਕ ਬੱਚਾ 5 ਸਾਲ ਜਾਂ 10 ਸਾਲ ਦਾ ਹੁੰਦਾ ਹੈ ਅਗਰ ਉਹ ਸ਼ੁਰੂ ਤੋਂ ਦਸਤਾਰ ਬਣਨਾ ਸ਼ੁਰੂ ਕਰੇਗਾ ਤਾਂ ਉਹ ਫਿਰ ਜਿਹੜਾ ਅੱਛੀ ਤੋਂ ਅੱਛੀ ਸੋਹਣੀ ਤੋਂ ਸੋਹਣੀ ਦਸਤਾਰ ਜਵਾਨੀ ਦੇ ਵਕਤ ਬਣ ਸਕਦਾ ਹੈ ਕਈ ਵਾਰ ਦੇਖਣ ਨੂੰ ਮਿਲਦਾ ਹੈ ਵਿਆਹ ਸ਼ਾਦੀਆਂ ਹੁੰਦੀਆਂ ਅਤੇ ਵੀਰਾਂ ਨੂੰ ਦਸਤਾਰ ਬਣਨੀ ਨਹੀਂ ਆਉਂਦੀ ਅਤੇ ਉਸ ਲਈ ਬੜੀ ਪ੍ਰੋਬਲਮ ਹੁੰਦੀ ਹੈ ਕਿਸੇ ਦੂਸਰੇ ਨੂੰ ਬੁਲਾ ਕੇ ਦਸਤਾਰ ਬਣਾਉਣੀ ਪੈਂਦੀ ਹੈ ਇਸ ਕਰਕੇ ਸਾਰਿਆਂ ਨੂੰ ਦਰਖਾਸਤ ਕੀਤੀ ਜਾਂਦੀ ਹੈ ਬੇਨਤੀ ਹੈ ਉਸ ਕਾਲਪੁਰ ਦੀ ਦੱਸੀ ਹੋਈ ਹੈ ਜਿਹੜੀ ਮੋਹਰ ਹੈ ਸਾਡੇ ਕੋਲ ਸਿੱਖੀ ਟਰਬਨ ਇਜ਼ ਦਾ ਕਰਾਊਨ ਆਫ ਸਿੱਖ ਜਿਸ ਤਰ੍ਹਾਂ ਕਿ ਇੱਕ ਰਾਜੇ ਦੇ ਸਿਰ ਦੇ ਉੱਪਰ ਜਦ ਤੱਕ ਤਾਜ ਨਹੀਂ ਹੋਏਗਾ ਤਾਂ ਉਹ ਰਾਜਪਾਠ ਨਹੀਂ ਸੰਭਾਲ ਸਕਦਾ ਉਸ ਤਰ੍ਹਾਂ ਇੱਕ ਸਿੱਖ ਜਿਹੜਾ ਦਸਤਾਰ ਤੋਂ ਬਗੈਰ ਸੋਨਾ ਨਹੀਂ ਲੱਗਦਾ ਹੈ ਸਾਰੇ ਵੀਰਾਂ ਨੂੰ ਛੋਟਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਦਸਤਾਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰ ਇਸ ਵਿੱਚ ਕਿੰਨੇ ਬੱਚਿਓ ਨੇ ਪਾਰਟੀਸਪੇਟ ਕੀਤਾ 30-35 ਬੱਚਿਆਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਹੈ ਔਰ ਇਹਦੇ ਵਿੱਚ ਛੋਟੇ ਏਜ ਦੇ ਬੱਚੇ ਹਨ ਜਿਹੜੇ 12 ਸਾਲ ਤੋਂ ਥੱਲੇ ਹਨ ਉਹਨਾਂ ਦਾ ਅਲੱਗ ਕੰਪੀਟੀਸ਼ਨ ਹੋਇਆ ਹੈ ਅਤੇ ਜਿਹੜੇ 12 ਤੋਂ ਲੈ ਕੇ 18 ਦੇ ਵਿੱਚ ਹਨ ਉਹਨਾਂ ਦਾ ਅਲੱਗ ਕੰਪੀਟੀਸ਼ਨ ਹੋਇਆ ਹੈ ਛੋਟਿਆਂ ਬੱਚਿਆਂ ਵਿੱਚ ਵੀ ਫਸਟ ਸੈਕੰਡ ਥਰਡ ਚੁਣੇ ਜਾਣਗੇ ਔਰ ਵੱਡਿਆਂ ਬੱਚਿਆਂ ਵਿੱਚ ਵੀ ਫਸਟ ਸੈਕੰਡ ਥਰਡ ਚੁਣੇ ਜਾਣਗੇ